ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਆਵਾਜ਼ੇ ਕੌਮ ਟੀਵੀ ਦੇ ਮਾਧਿਅਮ ਰਾਹੀਂ ਖਬਰਾਂ ਸੁਣੋ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੁਝ ਸੂਬਿਆਂ ਦੇ ਸੋਧੇ ਨਾਗਰਿਕਤਾ ਕਾਨੂੰਨ ਨੂੰ ਲਾਗੂ ਨਾ ਕਰਨ ਦੇ ਪ੍ਰਸਤਾਵ ਨੂੰ ਅਸਥਾਨਿਕ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਾਰੇ ਰਾਜਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਸਦ ਵਿੱਚ ਪਾਸ ਕੀਤੇ ਗਏ ਕਾਨੂੰਨ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਹੈ ਕਿ ਸੂਬੇ ਨੇ ਵਿਧਾਨ ਸਭਾ 'ਚ CA ਦੇ ਖਿਲਾਫ ਮਤਾ ਪਾਸ ਕੀਤਾ, ਇਹ ਸਿਆਸੀ ਬਿਆਨ ਦੇਣਵਾਂਗੇ। ਅਸੀਂ ਇਸ ਨੂੰ ਸਮਝ ਸਕਦੇ ਹਾਂ, ਪਰ ਇਹ ਕਹਿਣਾ ਹੈ ਕਿ ਉਹ ਇਸ ਨੂੰ ਲਾਗੂ ਨਹੀਂ ਕਰਨਗੇ ਤਾਂ ਇਹ ਕਾਨੂੰਨ ਦੇ ਵਿਰੁੱਧ ਹੈ। ਅਜਿਹਾ ਕਹਿਣਾ ਗੈਰ ਸੰਵਿਧਾਨਿਕ ਹੈ। ਇਸੇ ਦੌਰਾਨ ਨਿਰਮਲਾ ਸੀਤਾਰਮਨ ਨੇ ਦਾਅਵਾ ਕੀਤਾ ਕਿ ਨਾਗਰਿਕਤਾ ਸੋਧ ਕਾਨੂੰਨ ਨਾਗਰਿਕਤਾ ਪ੍ਰਦਾਨ ਕਰਦਾ ਹੈ, ਨਾ ਕਿ ਕਿਸੇ ਤੋਂ ਨਾਗਰਿਕਤਾ ਖੋਹਦਾ ਹੈ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਜਿਨ੍ਹਾਂ ਨੂੰ ਡਰ ਹੈ ਕਿ ਉਹਨਾਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ। ਉਹਨਾਂ ਕਿਹਾ ਹੈ ਕਿ CA ਦਾ ਵਿਰੋਧ ਕਰਨ ਵਾਲਿਆਂ ਨੂੰ ਝੂਠ ਫੈਲਾ ਕੇ ਲੋਕਾਂ 'ਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ। ਭਾਜਪਾ ਨੂੰ 20 ਜਨਵਰੀ ਨੂੰ ਨਵਾਂ ਰਾਸ਼ਟਰ ਪ੍ਰਧਾਨ ਮਿਲ ਜਾਵੇਗਾ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ ਨੇਤਾ ਜਗਤ ਪ੍ਰਕਾਸ਼ ਨੱਡਾ ਪਾਰਟੀ ਦੇ 14ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ ਭਾਜਪਾ ਦੇ ਸਾਰੇ ਪ੍ਰਮੁੱਖ ਆਗੂ, ਮੌਜੂਦਾ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸੰਸਦੀ ਬੋਰਡ ਦੇ ਮੈਂਬਰ, ਸੂਬਿਆਂ ਦੇ ਪ੍ਰਧਾਨ ਅਤੇ ਵਿਸ਼ੇਸ਼ ਮਹਿਮਾਨ ਹਾਜ਼ਰ ਹੋਣਗੇ। ਆਪਣੇ ਦਹਾਕਿਆਂ ਦੇ ਤਜਰਬੇ, ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੀ ਰਾਜਨੀਤੀ, RSS ਨਾਲ ਨੇੜਤਾ ਅਤੇ ਸਾਫ ਅਕਸ਼ ਉਹਨਾਂ ਨੂੰ ਇਸ ਅਹੁਦੇ ਲਈ ਮਜ਼ਬੂਤ ਉਮੀਦਵਾਰ ਬਣਾਉਂਦੇ ਨੇ। ਭਾਜਪਾ ਦੇ ਸੀਨੀਅਰ ਆਗੂ ਰਾਧਾ ਮੋਹਨ ਸਿੰਘ, ਜੋ ਕਿ ਪਾਰਟੀ ਦੇ ਸੰਗਠਨ ਦੀ ਚੋਰ ਪ੍ਰਕਿਰਿਆ ਦੇ ਪ੍ਰਧਾਨ ਨੇ ਕਿਹਾ ਹੈ ਕਿ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ 20 ਜਨਵਰੀ ਨੂੰ ਦਾਖਲ ਹੋਣਗੀਆਂ। ਜੇਕਰ ਲੋੜ ਪਈ ਤਾਂ ਚੋਣ ਅਗਲੇ ਦਿਨ ਹੋਵੇਗੀ। ਦੱਸਣਯੋਗ ਹੈ ਕਿ ਅਮਿਤ ਸ਼ਾਹ ਦੀ ਭਾਜਪਾ 2.0 ਸਰਕਾਰ ਵਿੱਚ ਗ੍ਰਹਿ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਭਾਜਪਾ ਦੇ ਨਵੇਂ ਪ੍ਰਧਾਨ ਦੀ ਭਾਲ ਸ਼ੁਰੂ ਹੋ ਗਈ ਸੀ। ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨੀ ਸੈਨਾ ਅਤੇ ਖੁਫੀਆ ਏਜੰਸੀ ISI ਇੱਕ ਵੱਡੇ ਕੰਮ 'ਚ ਲੱਗ ਗਏ ਨੇ। ਅਸਲ 'ਚ ਕੰਟਰੋਲ ਰੇਖਾ ਕੋਲ ਸਥਿਤ ਲਾਂਚ ਪੈਡ ਦੀ ਸੁਰੱਖਿਆ ਲਈ ਸਿਗਨਲ ਟਾਵਰ 'ਤੇ ਕੈਮਰੇ ਲਗਾਏ ਜਾ ਰਹੇ ਨੇ। ਇਸ ਦੇ ਨਾਲ ਹੀ ਪਾਕਿਸਤਾਨ 26 ਜਨਵਰੀ ਤੋਂ ਪਹਿਲਾਂ LOC ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ICD ਬਲਾਸਟ ਕਰਨਾ ਚਾਹੁੰਦਾ ਏ। ਪਾਕਿਸਤਾਨ ਇਹ ਚਾਹੁੰਦਾ ਕਿ ਭਾਰਤੀ ਸੈਨਾ ਇੱਕ ਵਾਰ ਫਿਰ ਸੀਮਾ 'ਤੇ ਕੋਈ ਸਟ੍ਰਾਈਕ ਕਰੇ। ਸਿਗਨਲ ਟਾਵਰ 'ਤੇ ਕੈਮਰੇ ਲਗਾ ਕੇ ਨੈਟਵਰਕ ਮੌਜੂਦ ਕਰ ਰਿਹਾ ਹੈ ਤਾਂ ਕਿ ਜੇਕਰ ਭਾਰਤੀ ਸੈਨਾ ਨੂੰ ਦੁਬਾਰਾ ਕੁਝ ਵੀ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਨਾਂ ਦੀ ਖਬਰ ਮਿਲ ਜਾਵੇ। ਹੁਣ ਕਰੀਬ 18 ਸਿਗਨਲ ਟਾਵਰ ਲਗਾਏ ਜਾ ਚੁੱਕੇ ਨੇ। ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਸੈਨਾ ਅਤੇ PO ਦੇ ਬ੍ਰਿਗੇਡ ਬੈਠਕ ਹੋਈ ਸੀ। ਬੈਠਕ 'ਚ 26 ਜਨਵਰੀ ਤੋਂ ਪਹਿਲਾਂ LOC 'ਤੇ ਵੱਧ ਤੋਂ ਵੱਧ ID ਲਗਾਉਣ ਦਾ ਫੁਰਮਾਨ ਜਾਰੀ ਕੀਤਾ ਗਿਆ। ਇਸ ਕੰਮ 'ਚ 18 ਕਮਾਂਡੋ ਲਗਾ ਵੀ ਦਿੱਤੇ ਗਏ ਨੇ। ਇਸ ਤੋਂ ਪਹਿਲਾਂ ਅਜਿਹੀ ਇੱਕ ਬੈਠਕ ਕੋਟਲੀ 'ਚ 22 ਦਸੰਬਰ ਨੂੰ ਵੀ ਹੋਈ ਸੀ। ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਦੁਆਰਾ ਇੱਕ ਵਾਰ ਫਿਰ ਬੁਖਲਾਹਟ ਜ਼ਾਹਰ ਕੀਤੀ ਹੈ। ਖਾਨ ਨੇ ਟਵੀਟ ਕੀਤਾ ਕਿ ਭਾਰਤ ਅਤੇ ਅੰਤਰਰਾਸ਼ਟਰੀ ਸਮੂਹ ਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ ਕਿ ਜੇਕਰ ਭਾਰਤ LOC 'ਤੇ ਨਾਗਰਿਕਾਂ ਨੂੰ ਮਾਰਨ ਦੇ ਵਾਲੇ ਆਪਣੇ ਸੈਨਿਕ ਹਮਲੇ ਜਾਰੀ ਰੱਖਦਾ ਹੈ ਤਾਂ ਪਾਕਿਸਤਾਨ ਚੁੱਪ ਨਹੀਂ ਬੈਠੇਗਾ। ਇਮਰਾਨ ਖਾਨ ਨੇ ਇੱਕ ਹੋਰ ਟਵੀਟ 'ਚ ਲਿਖਿਆ ਕਿ ਜੇਕਰ ਭਾਰਤੀ ਸੈਨਾ LOC 'ਤੇ ਲਗਾਤਾਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਤਾਂ ਮਾਰਨਾ ਜਾਰੀ ਰੱਖਦੀ ਹੈ ਤਾਂ ਫਿਰ ਤਤਕਾਲ ਜ਼ਰੂਰਤ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਖਲ ਦੇਵੇ। ਸਾਨੂੰ ਭਾਰਤੀ ਸੈਨਾ ਦੇ ਝੂਠੇ ਫਲੈਗ ਆਪਰੇਸ਼ਨ ਤੋਂ ਡਰ ਲੱਗਦਾ ਹੈ। ਦੱਸ ਦਈਏ ਕਿ ਪਾਕਿਸਤਾਨੀ ਲਗਾਤਾਰ LOC 'ਤੇ ਸੀਜ ਫਾਇਰ ਦੀ ਉਲੰਘਣਾ ਕਰਦਾ ਆਇਆ। ਹਾਲ ਹੀ ਵਿੱਚ LOC 'ਤੇ ਪੁੰਛ ਜ਼ਿਲ੍ਹੇ ਦੇ ਸਿਧਾਰਥ ਸੈਕਟਰ 'ਚ ਦੁਪਹਿਰ 12:30 ਤੋਂ 1:15 ਤੱਕ ਪਾਕਿਸਤਾਨ ਵੱਲੋਂ ਸੀਜ ਫਾਇਰ ਦੀ ਉਲੰਘਣਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਰਜੌਰੀ ਜ਼ਿਲ੍ਹੇ ਦੇ ਨਸ਼ਹਿਰਾ ਸੈਕਟਰ ਦੇ ਲਾਮ 'ਚ ਵੀ ਪਾਕਿਸਤਾਨ ਵੱਲੋਂ ਸੀਜ ਫਾਇਰ ਤੋੜਿਆ ਗਿਆ, ਜਿਸ 'ਚ ਭਾਰਤੀ ਸੈਨਾ ਨੇ ਵੀ ਜਵਾਬ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ 20 ਜਨਵਰੀ ਨੂੰ ਮੁਲਾਕਾਤ ਕਰਨਗੇ। ਇਸ ਮੌਕੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਣਗੇ। ਮੁੱਖ ਮੰਤਰੀ ਵਜੋਂ ਇੱਥੋਂ ਅੱਜ ਦਿੱਲੀ ਵਿੱਚ ਚਲੇ ਗਏ, ਜਿੱਥੇ 20 ਜਨਵਰੀ ਨੂੰ ਸ਼ਾਮ ਉਹਨਾਂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਅਗਲੇ ਦਿਨ 1-2 ਹੋਰ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਣੀ ਹੈ। ਬਰਤਾਨੀਆ ਦੇ ਸ਼ਾਹੀ ਖਾਨ ਦਾ ਫਰਜੰਦ ਪ੍ਰਿੰਸ ਹੈਰੀ ਅਤੇ ਉਸਦੀ ਪਤਨੀ ਮੇਗਨ ਮਾਰਕਲ ਬੀਤੇ 10 ਦਿਨਾਂ ਤੋਂ ਵੈਨਕੂਵਰ ਆਏ ਹੋਏ ਨੇ। ਇੱਥੇ ਉਹ ਆਮ ਲੋਕਾਂ ਨੂੰ ਵੀ ਮਿਲ ਰਹੇ ਨੇ। ਸ਼ਾਹੀ ਜੋੜੇ ਨੂੰ ਵੈਨਕੂਵਰ ਸ਼ਹਿਰ ਕਾਫੀ ਪਸੰਦ ਆ ਰਿਹਾ।
एक अंग्रेजी अखबार में छपी रिपोर्ट अनुसार प्रिंस हैरी ते मेगन मार्कल ने वैनकूवर च अरबपतियां दे इलाके वजों जाने जाते वैनकूवर वैस्ट साइड के क्रिस्टलियां वाटरफ्रंट के पॉइंट गरे रोड से स्थित एक घर खरीदने जा रहे हैं। इस घर की कीमत 36 मिलियन कनेडियन डॉलर लगभग 2 अरब रुपए दसी जाती है। 12,300 स्क्वेयर फुट के इस 3 मंजिला वाले घर में 6 बैडरूम से 5 बाथरूम ने। इस दे नाल ही खबरां खत्म हुई। आ गया दियो। वाहिगुरू जी का खालसा, वाहिगुरू जी की फतेह।